ਮਾਲਵਾ ਬੈਡਲੇ ਚੈਨਲ ਤੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਪਿਆਨਪ੍ਰਾਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਬਹੁਤ ਹੀ ਖਾਸ ਰਹਿਣ ਵਾਲੀ ਹੈ ਤੇ ਬਹੁਤ ਸਾਰੇ ਬੱਚਿਆਂ ਦਾ ਜਿਵੇਂ ਕਿ ਇਹ ਕਮੈਂਟ ਸੈਕਸ਼ਨ ਦੇ ਵਿੱਚ ਪੁੱਛਿਆ ਜਾਂਦਾ ਰਿਹਾ ਹੈ ਵੀ ਪੰਜਾਬ ਦੇ ਵਿੱਚ ਪੰਜਾਬ ਹੋਮ ਗਾਰਡ ਭਰਤੀ ਵੇਖਣ ਨੂੰ ਕਦੋਂ ਮਿਲ ਸਕਦੀ ਹੈ ਸੋ ਅਕਸਰ ਤੁਸੀਂ ਬਹੁਤ ਸਾਰੀਆਂ ਵੀਡੀਓਜ਼ YouTube ਉੱਤੇ ਵੇਖਿਆ ਵੀ ਹੋਣੀ ਹੈ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਇਸ ਬਾਰੇ ਚਰਚਾ ਜ਼ਰੂਰ ਹੋ ਰਹੀ ਹੈ ਮਗਰ ਤੁਹਾਨੂੰ ਨੋਟੀਫਿਕੇਸ਼ਨ ਬਾਰੇ ਕਿਸੇ ਦੁਆਰਾ ਨਾ ਅਪਡੇਟ ਦਿੱਤੀ ਜਾ ਰਹੀ ਹੈ ਨਾ ਐਕਿਊਰੇਟ ਡੇਟਸ ਦਿੱਤੀਆਂ ਜਾ ਰਹੀਆਂ ਜਿਸ ਦੇ ਜ਼ ਕਿਉਂਕਿ ਮੈਨੂੰ ਪਤਾ ਹੈ ਵੀ ਪੰਜਾਬ ਪੁਲਿਸ ਕਨਸਟੇਬਲ ਜਾਂ ਹੋਰ ਤਰ੍ਹਾਂ ਦੀਆਂ ਭਰਤੀਆਂ ਤੁਹਾਡੇ ਤੋਂ ਕ੍ਰੈਕ ਨਹੀਂ ਹੋ ਰਹੀਆਂ ਇਸੇ ਕਰਕੇ ਤੁਸੀਂ ਇਹ 10th ਬੇਸਡ ਜਿਹੜੀ ਭਰਤੀ ਹੈ ਜਿਸ ਦੇ ਵਿੱਚ ਇੱਕ ਛੋਟਾ ਜਿਹਾ ਇਗਜ਼ਾਮ ਹੈ ਇਸ ਛੋਟੇ ਜਿਹੇ ਇਗਜ਼ਾਮ ਨੂੰ ਕਲੀਅਰ ਕਰਨ ਤੋਂ ਬਾਅਦ ਇੱਕ ਫਿਜ਼ੀਕਲ ਟ్రਾਇਲ ਹੋਵੇਗਾ ਉਸ ਤੋਂ ਬਾਅਦ ਤੁਹਾਡੀ ਸਿਲੈਕਸ਼ਨ ਸਰਕਾਰੀ ਨੌਕਰੀ ਦੇ ਵਿੱਚ ਹੋ ਜਾਣੀ ਹੈ ਸਭ ਤੋਂ ਮਹੱਤਵਪੂਰਨ ਗੱਲ ਇਹ ਵੀ ਹੈ ਵੀ ਇਸ ਦੀ ਏਜ ਫੈਕਟਰ ਵੀ ਬਹੁਤ ਜ਼ਿਆਦਾ ਹੈ ਸੋ ਇਸ ਦੇ ਵਿੱਚ ਆਪਾਂ ਪਹਿਲਾਂ ਗੱਲ ਕਰਨ ਤੋਂ ਪਹਿਲਾਂ ਬੱਚਿਆਂ ਨੂੰ ਇਹ ਦੱਸ ਦਵਾਂ ਵੀ ਇਹ ਜਿਹੜੀ ਭਰਤੀ ਹੈ ਤੁਹਾਨੂੰ ਪਤਾ ਹੀ ਹੈ ਵੀ ਪਿਛਲੇ ਸਾਲ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਉਹ ਰੋਲਾ ਪਾ ਰਹੀਆਂ ਸੀ ਵੇਸੀ 5000 ਦੇ ਕਰੀਬ ਬੱਚਿਆਂ ਨੂੰ ਨੌਕਰੀ ਦਵਾਂਗੇ ਪੰਜਾਬ ਹੋਮਗਾਰਡ ਦੇ ਵਿੱਚ ਕਿਉਂਕਿ ਅਕਸਰ ਤੁਹਾਨੂੰ ਦੇਖਣ ਨੂੰ ਮਿਲਿਆ ਵੀ ਹੋਰਾਂ ਭਰਤੀਆਂ ਨੂੰ ਤਾਂ ਬਹੁਤ ਕੰਡਕਟ ਕਰਾ ਲਿਆ ਇਹ ਭਰਤੀ ਬਿਲਕੁਲ ਵੀ ਦੇਖਣ ਨੂੰ ਨਹੀਂ ਮਿਲੀ ਬਹੁਤ ਸਮੇਂ ਤੋਂ ਸੋ ਇਸੇ ਕਰਕੇ ਹੁਣ ਨਵੀਂ ਸਰਕਾਰ ਦੁਆਰਾ ਇਹ ਚਾਨਣਾ ਪਾਇਆ ਵੀ ਗਿਆ ਸੀਗਾ ਮਤਲਬ ਕਿ ਬਹੁਤ ਸਾਰੇ ਇਹੋ ਜਿਹੇ ਪਲੇਟਫਾਰਮਾਂ ਤੇ ਆਪਾਂ ਸੁਣਨ ਨੂੰ ਵੇਖਿਆ ਮਿਲਿਆ ਵੀ ਪੰਜਾਬ ਦੇ ਵਿੱਚ ਭਗਵੰਤ ਸਿੰਘ ਜੀ ਦੁਆਰਾ ਇਹ ਭਰਤੀਆਂ ਜਲਦੀ ਹੀ ਕੰਡਕਟ ਕਰਾਈਆਂ ਜਾਣਗੀਆਂ ਇਹ ਇਹਨਾਂ ਬਾਰੇ ਬਹੁਤ ਸਾਰੇ ਬੱਚਿਆਂ ਦਾ ਕਿ ਇਨਫੋਰਮੇਸ਼ਨ ਪਹੁੰਚੀ ਹੈ ਜਾਂ ਨਹੀਂ ਪਹੁੰਚੀ ਇਹ ਰੱਬ ਜਾਣਦਾ ਬਾਕੀ ਮੈਂ ਤੁਹਾਨੂੰ ਹਰੇ ਆਪਦੇ ਚੈਨਲ ਤੇ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਹੈਗੀ ਹੈ ਪ੍ਰੋਵਾਈਡ ਕਰਾਨਾ ਇਸੇ ਕਰਕੇ ਮੈਨੂੰ ਸਬਸਕ੍ਰਾਈਬ ਕਰੋ ਸੋ ਆਪਾਂ ਵੀਡੀਓ ਦੀ ਕਰਦੇ ਹਾਂ ਸ਼ੁਰੂਆਤ ਹੁਣ ਠੀਕ ਹੈ ਜੀ ਬਹੁਤ ਜ਼ਿਆਦਾ ਸਮਾਂ ਤੁਹਾਡਾ ਨਹੀਂ ਖਰਾਬ ਕਰਦੇ ਦੇਖੋ ਦੋਸਤੋ ਇਹ ਜਿਹੜਾ ਨਾ ਤਾਂ ਪੰਜਾਬ ਪੁਲਿਸ ਡਿਪਾਰਟਮੈਂਟ ਨੂੰ ਕੰਡਕਟ ਕਰਾਂਦਾ ਤੇ ਨਾ ਪੀ ਟ੍ਰਿਪਲ ਐਸ ਬੀ ਤੇ ਨਾ ਹੀ ਕੋਈ ਹੋਰ ਡਿਪਾਰਟਮੈਂਟ ਹੈ ਇਸ ਦਾ ਮੇਨ ਇੱਕੋ ਇੱਕ ਡਿਪਾਰਟਮੈਂਟ ਹੈ ਜਿਹੜਾ ਕਿ ਹੈਗਾ ਡਾਇਰੈਕਟੋਰੇਟ ਜਨਰਲ ਫਾਇਰ ਸਰਵਿਸਿਜ਼ ਸਿਵਲ ਡਿਫੈਂਸ ਐਂਡ ਹੋਮ ਗਾਰਡਸ ਠੀਕ ਹੈ ਜੀ ਇਹ ਤਿੰਨ ਤਰ੍ਹਾਂ ਦੀਆਂ ਭਰਤੀਆਂ ਕੰਡਕਟ ਕਰਾਂਦਾ ਇੱਕ ਤਾਂ ਫਾਇਰ ਸਰਵਿਸਿਜ਼ ਦੀਆਂ ਇੱਕ ਸਿਵਲ ਡਿਫੈਂਸ ਤੇ ਇੱਕ ਹੋਮ ਗਾਰਡਸ ਦੀਆਂ ਸੋ ਇਹੀ ਭਰਤੀਆਂ ਜਿਹੜੀਆਂ ਹੈਗੀਆਂ ਇਹ ਕਿਸ ਦੇ ਦੁਆਰਾ ਕੰਡਕਟ ਕਰਾਈਆਂ ਜਾਂਦੀਆਂ ਹੈ ਮਿਨਿਸਟਰੀ ਆਫ ਹੋਮ ਅਫੇਅਰਸ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਹੋਮ ਅਫੇਅਰਸ ਦੀ ਮਿਨਿਸਟਰੀ ਹੈ ਉਹਨਾਂ ਦੁਆਰਾ ਇਹ ਭਰਤੀਆਂ ਦਾ ਜਿਹੜਾ ਨੋਟੀਫਿਕੇਸ਼ਨ ਰਿਲੀਜ਼ ਕੀਤਾ ਜਾਂਦਾ ਠੀਕ ਹੈ ਜੀ ਅਕਸਰ ਬੱਚਿਆਂ ਨੂੰ ਬੱਚੇ ਕਹਿੰਦੇ ਆ ਵੀ ਸਰ ਪੰਜਾਬ ਪੁਲਿਸ ਦੇ ਅਸੀਂ ਵੈਬਸਾਈਟ ਤੇ ਬਹੁਤ ਛਾਨ ਲਿਆ ਸਾਨੂੰ ਨੋਟੀਫਿਕੇਸ਼ਨ ਪਿਛਲੇ ਵੀ ਨਹੀਂ ਮਿਲ ਰਹੀ ਸੋ ਇਸ ਵੈਬਸਾਈਟ ਤੇ ਤੁਸੀਂ ਇੱਕ ਵਾਰੀ ਵਿਜ਼ਿਟ ਕਰਕੇ ਦੇਖਿਓ ਤੁਹਾਨੂੰ ਹਰ ਤਰ੍ਹਾਂ ਦਾ ਜਿਹੜਾ ਹੈ ਨੋਟੀਫਿਕੇਸ਼ਨ ਇਹਨਾਂ ਦੇ ਵੱਖਰੇ ਕਾਲਮ ਦੇ ਵਿੱਚ ਮਿਲ ਜਾਣਾ ਹੈ ਲੇਟੈਸਟ ਗਾਈਡਲਾਈਨਸ ਉਹ ਗੈਰਾਂ ਜੋ ਵੀ ਕੁਝ ਚਾਹ ਚਾਹ ਨਹੀਂ ਰਿਹਾ ਠੀਕ ਹੈ ਜੀ ਇਹ ਲੈਂਦੇ ਤੁਸੀਂ ਨੋਟ ਕਰਨੀ ਨੋਟ ਕਰ ਲਓ ਨਹੀਂ ਤਾਂ ਸਿੱਧਾ ਤੁਸੀਂ ਲਿਖ ਸਕਦੇ ਹੋ ਵੀ ਹੋਮਗਾਰਡ ਜਿਹੜੀ ਵੈਬਸਾਈਟ ਹੈ ਜਿਹੜੀ ਤੁਸੀਂ ਹੋਮਗਾਰਡ ਲੇ ਕੇ ਸਰਚ ਮਾਰ ਲਿਓ ਆਪਣੇ ਤੁਹਾਡੇ ਪਹਿਲੇ ਦੂਜੇ ਨੰਬਰ ਤੇ ਆ ਜਾਊਗੀ ਗੂਗਲ ਦੇ ਉੱਤੇ ਠੀਕ ਹੈ ਜੀ ਸੋ ਬਾਕੀ ਇਹ ਗੱਲਾਂ ਛੱਡੋ ਹੁਣ ਆਪਾਂ ਕ੍ਰਾਈਟੇਰੀਆ ਵੱਲ ਜਾਨੇ ਕਿਉਂਕਿ ਬਹੁਤ ਸਾਰੇ ਬੱਚਿਆਂ ਦਾ ਇਹ ਵੀ ਪਰੇਸ਼ਾਨੀ ਹੈ ਵੀ ਸਾਨੂੰ ਕ੍ਰਾਈਟੇਰੀਆ ਦੱਸਿਆ ਜਾਵੇ ਕ੍ਰਾਈਟੇਰੀਆ ਤੋਂ ਪਹਿਲਾਂ ਦੇਖੋ ਦੋਸਤੋ ਸਾਨੂੰ ਇੱਕ ਆਫੀਸ਼ੀਅਲ ਵੈਬਸਾਈਟ ਦੇ ਉੱਤੋਂ ਇਹ ਸਾਰਾ ਕ੍ਰਾਈਟੇਰੀਆ ਇਹ ਵੀ ਮਿਲਿਆ ਹੈ ਵੀ ਕਿੰਨੀਆਂ ਭਰਤੀਆਂ ਆ ਰਹੀਆਂ ਤਾਂ ਕਿ ਤੁਹਾਨੂੰ ਇਹ ਨਾ ਹੋਵੇ ਵੀ ਸਰ ਝੂਠ ਬੋ ਸામਨੇ ਮੈਂ ਸਾਰਾ ਕ੍ਰਾਈਟੇਰੀਆ ਕੱਢਿਆ ਹੋਇਆ ਕੋਈ ਵੀ ਮੈਂ ਉਹ ਦੂਸਰੋਂ ਨਹੀਂ ਮਤਲਬ ਕਿ ਆਪਦੇ ਹੱਥੀ ਲਿਖਿਆ ਦੇਖੋ ਪੰਜਾਬ ਗਾਰਡ ਹੋਮ ਗਾਰਡ ਵੈਕੈਂਸੀ ਹੈ 24 2024 ਦਾ ਨੋਟੀਫਿਕੇਸ਼ਨ ਅਪਲਾਈ ਔਨਲਾਈਨ ਕਰੋਗੇ ਤੁਸੀਂ ਇਹਨਾਂ ਦਾ ਜਦੋਂ ਆਉਗੀ ਮਤਲਬ ਉਹ ਵੀ ਤੁਹਾਨੂੰ ਦੱਸੂਗਾ ਕਦੋਂ ਆਣੀ ਹੈ ਕਿ ਇਸ ਦੇ ਵਿੱਚ ਮੋਟੀ ਮੋਟੀ ਗੱਲ ਦੇਖੋ 5000 ਦੇ ਕਰੀਬ ਇਹਨਾਂ ਨੇ ਹਾਇਰਿੰਗ ਕਰਨੀਆਂ ਪਰਸਨਸ ਦੀ ਪੰਜਾਬ ਦੇ ਵਿੱਚ ਠੀਕ ਹੈ ਜੀ ਆ ਤੁਹਾਡੇ ਹਾਈਲਾਈਟਡ ਕੀਤਾ ਹੋਇਆ ਮੈਂ ਠੀਕ ਹੈ ਇਸ ਦੇ ਵਿੱਚ ਸਾਰਾ ਕੁਝ ਲਿਖਿਆ ਹੈ ਪ੍ਰੋਪਰ ਜਿਗਾ ਤੁਸੀਂ ਪੜ੍ਹਨਾ ਤਾਂ ਪੜ ਸਕਦੇ ਹੋ ਬਾਕੀ ਇਸ ਦੇ ਵਿੱਚ ਸਾਰਾ ਲਿਖਿਆ ਵੀ ਜਲਦ ਹੀ ਤੁਹਾਡਾ ਜਿਹੜਾ ਹੈਗਾ ਇਸ ਦਾ ਵੈਕੈਂਸੀ ਤੁਹਾਨੂੰ ਸ਼ਾਰਟਲੀ ਤੁਹਾਨੂੰ ਮਿਲ ਸਕਦੀਆਂ ਆ ਲਿਖਿਆ ਸ਼ਾਰਟਲੀ ਤੁਸੀਂ ਫਿਲ ਕਰ ਸਕਦੇ ਹੋ ਸਾਣਾ ਠੀਕ ਹੈ ਜੀ ਗਵਰਨਮੈਂਟ ਦੁਆਰਾ ਜਦੋਂ ਇਹ ਵੈਕੈਂਸੀ ਆਣ ਗਿਆ ਹੁਣ ਹੋਮ ਕਾਰਡ ਬਣਨ ਲਈ ਤੁਹਾਨੂੰ ਥੋੜੇ ਨੋਟੀਫਿਕੇਸ਼ਨ ਬਾਰੇ ਵੀ ਵੇਰਵਾ ਪਤਾ ਹੋਣਾ ਚਾਹੀਦਾ ਵੀ ਕੀ ਕੁਝ ਚਾਹੀਦਾ ਦੇਖੋ ਜੀ ਪੰਜਾਬ ਹੋਮ ਕਾਰਡ ਦੀ ਜਿਹੜੀ ਭਰਤੀ ਹੈ ਉਸ ਦੀ ਏਜ ਲਿਮਿਟ ਬਹੁਤ ਜ਼ਿਆਦਾ ਹੁੰਦੀ 18 ਤੋਂ 50 ਸਾਲ ਤੱਕ ਠੀਕ ਹੈ ਜੀ ਜੇਕਰ ਵੈਬਸਾਈਟ ਉੱਤੇ ਇੰਨੀ ਮੰਗੀ ਹੈ ਬ ਹੋਮਗਾਰਡ ਦਾ ਮੇਨ ਮਕਸਦ ਇਹੀ ਹੁੰਦਾ ਵੀ ਉਸਨੇ ਰਾਖੀ ਕਰਨੀ ਹੈ ਕਰਦੀ ਨਾ ਕੋਈ ਉਸਨੇ ਮਤਲਬ ਕਿ ਕਿਸੇ ਚੋਰਾਂ ਨੂੰ ਫੜਨਾ ਨਾ ਕਿਸੇ ਉਹਨਾਂ ਨੂੰ ਗਾਰਡ ਦਾ ਮਤਲਬ ਇਹੀ ਹੁੰਦਾ ਅਟੈਂਡ ਕਰਨਾ ਤੇ ਉਸਦੀ ਰਖਵਾਲੀ ਰੱਖਣਾ ਵੀ ਜਿਹੜਾ ਵੀ ਕਹਿੰਦਾ ਪਾ ਵੀਆਈਪੀ ਆ ਰਿਹਾ ਹੈ ਅੰਦਰ ਜਾ ਰਿਹਾ ਹੈ ਜਾਂ ਫਿਰ ਉਹਨਾਂ ਦਾ ਨੋਟ ਆਊਟ ਕਰਨਾ ਵੀ ਵੀ ਕਿਹੜਾ ਬੰਦਾ ਇਸ ਘਰ ਦੇ ਵਿੱਚ ਗਿਆ ਇਸ ਘਰ ਦੇ ਬਾਹਰ ਆਇਆ ਵੀਆਈਪੀਜ਼ ਦੇ ਠੀਕ ਹੈ ਜੀ ਬਾਕੀ ਹੋਰ ਵੀ ਤੁਹਾਨੂੰ ਪਤਾ ਲੱਗ ਜੂਗਾ ਟੈਂਥ ਬੇਸਡ ਇਹ ਐਗਜ਼ਾਮ ਹੋਊਗਾ ਠੀਕ ਹੈ ਜੀ ਪੰਜਾਬੀ ਲੈਂਗੁਏਜ ਤੁਹਾਡੀ ਜ਼ਰੂਰੀ ਚਾਹੀਦੀ ਹੈ 10ਵੀਂ ਦੇ ਵਿੱਚ ਤੇ 10ਵੀਂ ਬੇਸਡ ਇਹ ਐਗਜ਼ਾਮ ਹੈ ਨਾ ਜ਼ਿਆਦਾ ਤੁਹਾਨੂੰ ਪੜਨ ਦੀ ਲੋੜ ਹੈ ਜਿਨ੍ਹਾਂ ਨੇ 10ਵੀਂ ਕੀਤੀ ਹੈ ਉਹ ਸਫੀਸ਼ੀਐਂਟ ਹੈ ਠੀਕ ਹੈ ਜੀ ਆਨਲਾਈਨ ਇਹ ਮੋਡ ਅਪਲਾਈ ਕਰਾਂਗੇ ਤੇ 12 ਤੋਂ 15 ਹਜ਼ਾਰ ਤੱਕ ਤਨਖਾਹ ਹੋਊਗੀ ਇਹ ਸਿਰਫ ਟੈਂਟੀਵ ਹੈ ਟੈਂਟੀਵ ਤੋਂ ਭਾਵ ਇਹ ਲਗਭਗ ਸੀਮਤ ਜੀ ਸੋਚੀ ਹੈ ਜੇ ਇਸ ਤੋਂ ਵੱਧ ਵੀ ਹੋ ਸਕਦੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਮਹਿੰਗਾਈ ਵੱਧ ਰਹੀ ਹੈ 20 ਤੋਂ 25 ਹਜ਼ਾਰ ਦੇ ਕਰੀਬ ਤੁਸੀਂ ਮੰਨ ਕੇ ਚੱਲੋ ਗਵਰਨਮੈਂਟ ਜੌਬ ਹੈ ਕੋਈ ਆਲੂ ਫਾਲੂਤੀ ਜੌਬ ਨਹੀਂ ਠੀਕ ਹੈ ਰਿਟਨ ਟੈਸਟ ਜਿਹੜਾ ਹੋਗਾ ਤੁਹਾਡਾ ਫਿਜ਼ੀਕਲ ਟੈਸਟ ਹੋਗਾ ਰਿਟਨ ਟੈਸਟ ਹੋਗਾ ਰਿਟਨ ਟੈਸਟ ਦੇ ਵਿੱਚ ਜਿਵੇਂ ਆਰਮੀ ਦੇ ਵਿੱਚ 50 ਜਾਂ 60 ਨੰਬਰ ਦਾ ਪੇਪਰ ਹੁੰਦਾ ਉਸੇ ਤਰ੍ਹਾਂ ਹੀ ਇਸ ਦੇ ਵਿੱਚ ਵੀ ਲਗਭਗ 100 ਨੰਬਰ ਦਾ ਪੇਪਰ ਛੋਟਾ ਛੋਟਾ ਹੋਊਗਾ ਮਤਲਬ ਕਹਿੰਦਾ ਭਾ ਜੇ ਤੁਸੀਂ ਕਨਸਟੇਬਲ ਦੀ ਤਿਆਰੀ ਕਰ ਰਹੇ ਹੋ ਤਾਂ ਡੈਫੀਨਿਟਲੀ ਇਹ ਪੇਪਰ ਤੁਹਾਡੇ ਸਾਹਮਣੇ ਜਵਾਕਾਂ ਵਾਂਗੂ ਲੱਗੂਗਾ ਠੀਕ ਹੈ ਜੀ ਜ ਜ 10ਵੀਂ ਵਾਲੇ ਬੱਚਿਆਂ ਦੇ ਜਿਹੜਾ ਜ 10ਵੀਂ ਵਾਲੇ ਤੱਕ ਤੁਸੀਂ ਪੜ੍ਹਾਈ ਕੀਤੀ 10ਵੀਂ ਤੱਕ ਉਹ ਪੇਪ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਮੈਰਿਟ ਲਿਸਟ ਬਣੂਗੀ ਤੇ ਤੁਹਾਨੂੰ ਰੱਖਿਆ ਜਾਊਗਾ ਠੀਕ ਹੈ ਜੀ ਤੇ ਇੰਟਰਵਿਊ ਵਗੈਰਾ ਕੁਝ ਨਹੀਂ ਹੋਣੀ ਇੰਟਰਵਿਊ ਜਸਟ ਉਦਾਂ ਹੀ ਕਿਸੇ ਨੇ ਲਿਖ ਦਿੱਤਾ ਇੰਟਰਵਿਊ ਹੋਮਗਾਰਡ ਦੀ ਕਦੇ ਹੋਿੰਦੀ ਵੇਖੀ ਨਹੀਂ ਕੌਨਸਟੇਬਲ ਦੀ ਨਹੀਂ ਹੋਈ ਇੰਟਰਵਿਊ ਹੋਮਗਾਰਡ ਦੀ ਕੌਣ ਕਰੂਗਾ ਠੀਕ ਹੈ ਜੀ ਹੁਣ ਅਗਲੀ ਗੱਲ ਹੈ ਬਹੁਤ ਸਾਰੇ ਬੱਚੇ ਕਹਿੰਦੇ ਸੀ ਵੀ ਸਰ ਵੀ ਇੱਕ ਕਦੋਂ ਤੱਕ ਡੇਟਸ ਆਣਗੀਆਂ ਦੇਖੋ ਹਜੇ ਤਾਂ ਇੱਥੇ ਜੇ ਵੈਬਸਾਈਟ ਤੇ ਦੇਖੀਏ ਹਜੇ ਤਾਂ ਟੂ ਬੀ ਅਨਾਊਂਸਡ ਲਿਖਿਆ ਹੈ ਅਪਡੇਟ ਸੂਨ ਮਗਰ ਦੋਸਤੋ ਮੈਂ ਤੁਹਾਨੂੰ ਦੱਸ ਦਵਾਂ ਇਲੈਕਸ਼ਨਾਂ ਤੋਂ ਕਹਿੰਦਾ ਪਾਬ ਹੁਣ ਤੁਹਾਡੀ ਇੱਕ ਸਬ ਇਨਸਪੈਕਟਰ ਦੀਆਂ ਭਰਤੀਆਂ ਵੇਖਣ ਨੂੰ ਮਿਲ ਸਕਦੀਆਂ ਤੇ ਇਸ ਭਰਤੀਆਂ ਨੂੰ ਜੇ ਆਪਾਂ ਗੱਲ ਕਰੀਏ ਇਹ ਭਰਤੀਆਂ 2025 ਦੀ ਸਟਾਰਟਿੰਗ ਤੋਂ ਜਾਂ ਫਿਰ 2024 ਦੀ ਲਾਸਟ ਤੱਕ ਤੁਹਾਨੂੰ ਇਹਨਾਂ ਦਾ ਨੋਟੀਫਿਕੇਸ਼ਨ ਵੀ ਸ਼ਾਇਦ ਵੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਇਹ 10th ਬੇਸਡ ਹੈ ਦੂਸਰੀ ਕਲਾ ਰਿਟਾਇਰਮੈਂਟ ਰੇਟ 2024 25 26 ਵਿੱਚ ਬਹੁਤ ਜ਼ਿਆਦਾ ਹੈ ਜਿਸ ਕਰਕੇ ਮੈਨੂੰ ਉਮੀਦ ਹੈਗੀ ਹੈ ਵੀ ਇਹਨਾਂ ਸਾਲਾਂ ਦੇ ਵਿੱਚ ਨਿਕਲ ਜੂਗੀ ਭਰਤੀ ਇਹ ਤੇ ਤੁਹਾਨੂੰ ਕਹਿੰਦਾ ਪਾ ਨੌਕਰੀ ਲਾ ਕੇ ਹੀ ਹਟਣਾ ਕਿਉਂਕਿ 43000 ਦੇ ਕਰੀਬ ਬੱਚਿਆਂ ਨੂੰ ਨੌਕਰੀ ਹਜੇ ਤੱਕ ਦੇ ਚੁੱਕੇ ਨੇ ਭਗਵੰਤ ਜੀ ਤੇ ਉਮੀਦ ਕਰਦੇ ਆ ਜੇ 5000 ਇਹ ਨੌਕਰੀ ਸਿੱਧੀ ਆਂਦੀ ਹੈ ਤੇ ਕੁੜੀਆਂ ਤੇ ਮੁੰਡਿਆਂ ਨੂੰ ਰੋਜ਼ਗਾਰ ਸਿੱਧਾ ਮਿਲਦਾ ਸਿਰਫ ਫਿਜ਼ੀਕਲ ਟ੍ਰਾਇਲ ਤੇ ਥੋੜਾ ਜਿਹਾ ਟੈਸਟ ਹੋਊਗਾ ਜਿਹੜਾ ਕਿ ਤੁਸੀਂ ਦੇਣਾ ਹੀ ਜ਼ਰੂਰੀ ਹੈ ਕੋਈ ਕਾਨੂੰਨੀ ਇਹ ਇੰਪੋਰਟੈਂਟ ਹੈ ਤੁਹਾਨੂੰ ਪੱਕੀ ਨੌਕਰੀ ਦੇਣ ਦਾ ਨਾ ਕਿ ਕੰਟਰੈਕਟ ਬੇਸ ਤੇ ਠੀਕ ਹੈ ਤੇ ਬਾਕੀ ਤੁਹਾਨੂੰ ਪਤਾ ਹੈ ਡਿਊਟੀਆਂ ਇਹਨਾਂ ਦੀ ਕਿੱਥੇ ਕਿੱ ਯਾ ਫਿਰ ਕੋਈ ਸਕੂਲ ਨਾਲ ਕਾਲਜਾਂ ਦੇ ਵਿੱਚ ਜੇ ਕਹਿੰਦਾ ਉਹ ਜਿੱਥੇ ਮੰਗ ਹੋਵੇ ਉੱਥੇ ਲੱਗਦੀ ਹੈ ਜਾਂ ਫਿਰ ਕਹਿੰਦਾ ਉਹ ਮੋਲਾ ਦੇ ਵਿੱਚ ਜੇ ਕਿ ਜਿਹੜੀ ਕਿ ਸਰਕਾਰੀ ਆਪਣੇ ਕੋਈ ਵੀ ਦਫਤਰ ਹੈ ਨਿੱਜੀ ਧਾਇਰੇ ਦੇ ਜੋ ਵੀ ਕੁਝ ਹੈਗਾ ਉੱਥੇ ਤੁਹਾਡੀ ਡਿਊਟੀ ਲੱਗਿਆ ਕਰੂਗੀ ਜਿੱਥੇ ਲੋਡ ਹੈ ਜਾਂ ਬੈਂਕ ਹੋਗੇ ਸਰਕਾਰੀ ਉਹਨਾਂ ਦੇ ਵਿੱਚ ਡਿਊਟੀ ਲਗਣੀ ਹੈ ਠੀਕ ਹੈ ਜੀ ਪਰਸਨਲ ਗਾਰਡ ਵੀ ਕਿਸੇ ਨੂੰ ਦੇ ਸਕਦੇ ਹੋ ਠੀਕ ਹੈ ਕਹਿੰਦਾ ਪਾ ਜੇ ਕੋਈ ਕਾਨੂੰਨੀ ਤੌਰ ਤੇ ਪਰਸਨਲ ਗਾਰਡ ਮੰਗਦਾ ਉਹਨਾਂ ਦੀ ਡਿਊਟੀ ਉੱਥੇ ਲੱਗ ਸਕਦੀ ਹੈ ਬਾਕੀ ਦੋਸਤੋ ਇੰਡੀਅਨ ਸਿਟੀਜ਼ਨ ਹੋਣਾ ਚਾਹੀਦਾ ਉਹ ਤੁਸੀਂ ਹੈਗੇ ਹੋ 10th ਤੱਕ ਤੁਹਾਡੀ ਸਟੱਡੀ ਕੀਤੀ ਹੋਣੀ ਚਾਹੀਦੀ ਹੈ ਵਧੀਆ ਸਕੂਲ ਠੀਕ ਹੈ ਜੀ 10 ਤੋਂ 18 ਤੋਂ 50 ਸਾਲ ਤੱਕ ਤੁਹਾਡੀ ਏਜ ਹੋਣੀ ਚਾਹੀਦੀ ਹੈ ਵਿੱਚ ਵਿੱਚ ਏਜ ਰਿਲੇਕਸ਼ਨ ਕੈਟਾਗਰੀ ਵਾਈਜ਼ ਕੋਈ ਨਹੀਂ ਦੇਣਾ ਸ਼ਾਇਦ ਦੇਣਗੇ ਵੀ ਤਾਂ ਕੋਈ ਫਾਇਦਾ ਨਹੀਂ ਕਿ 50 ਸਾਲ ਤੋਂ ਉੱਤੇ ਕਿੰਨੀ ਕੀ ਰਿਲੇਕਸੇਸ਼ਨ ਦੇ ਦੇਣਗੇ 50 ਸਾਲ ਤੋਂ ਬਾਅਦ ਤਾਂ ਬੰਦਾ ਹੀ ਨਹੀਂ ਰਹਿੰਦਾ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਬੰਦਾ ਪੰਜਾਬ ਦੇ ਵਿੱਚ ਕੀ ਦੁਨੀਆ ਤੇ ਰਹਿੰਦਾ ਠੀਕ ਹੈ ਜੀ 50 ਸਾਲ ਤੱਕ ਏਜ ਰੱਖੀ ਹੈ ਬਾਕੀ ਆਵਰੇਜ ਤੁਹਾਨੂੰ ਪਤਾ ਹੈ 60 63 ਸਾਲ ਤੱਕ ਬੰਦਾ ਅੱਜ ਕੱਲ ਮਤਲਬ ਕੀ ਰਹਿੰਦਾ ਦੁਨੀਆ ਤੇ ਉਹ ਵੀ ਗੰਦਮੰਦ ਖਾਂਦਾ ਤਾਂ ਕਰਕੇ ਬਚਿਆ ਰਹਿੰਦਾ ਮਤਲਬ ਕੀ ਜਿੰਨਾ ਕਿ ਚਿਹਰੇ ਤੱਕ ਰਹਿੰਦਾ ਠੀਕ ਹੈ ਜੀ ਸੋ ਇਸੇ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਵੀ ਟੈਨਸ਼ਨ ਫਰੀ ਹੋ ਜਾਓ ਇਹਦੀ ਇਹਦੀ ਏਜ ਵੈਕਟਰ ਬਹੁਤ ਜ਼ ਕਰਕੇ ਪੇਪਰ ਦੀ تیاری ਫੋਲ ਕਰਿਓ ਬਾਕੀ ਦੋਸਤੋ ਹਾਈਟ ਕੀ ਹੈ 167.7 ਸੈਂਟੀਮੀਟਰ ਮੁੰਡਿਆਂ ਦੀ ਜਨਰਲ ਮਤਲਬ ਠੀਕ ਹੈ ਤੇ ਐਸਸੀ ਐਸਟੀ ਲਈ 160 ਸੈਂਟੀਮੀਟਰ ਸੋ ਦੋਸਤੋ ਇਸ ਦੇ ਵਿੱਚ ਮੈਂ ਮੁੰਡਿਆਂ ਕੁੜੀਆਂ ਦਾ ਕੁਝ ਨਹੀਂ ਲਿਖਿਆ ਸਿਰਫ ਮੇਲਜ਼ ਬਾਰੇ ਦੱਸਿਆ ਜੀ ਕੁੜੀਆਂ ਬਾਰੇ ਵੀ ਕਰੀਟਰੀਆ ਆ ਜੂਗਾ ਜਿਕਰ ਰੱਖਣੀਆਂ ਹੋਈਆਂ ਚੈਸਟ 78.8% ਇਧਰ 76.5% ਤੇ ਇਧਰ 83.8 ਸੈਂਟੀਮੀਟਰ ਤੇ 81.5 ਸੈਂਟੀਮੀਟਰ ਠੀਕ ਹੈ ਜੀ ਸੌਰੀ ਪਰਸੈਂਟ ਵਿੱਚ ਉਹ ਕਹਿ ਬੈਠਾ ਸੈਂਟੀਮੀਟਰ ਕਹਿਣਾ ਸੀ ਕਈ ਥਾਵਾਂ ਤੇ ਤੇ ਦਿਮਾਗ ਦੇ ਵਿੱਚ ਮੇਰੇ ਕੁਝ ਪਰਸੈਂਟ ਚੱਲ ਰਿਹਾ ਸੀ ਤੇ ਦੇਖੋ ਦੋਸਤੋ ਇਹ ਚੀਜ਼ਾਂ ਕ੍ਰਾਈਟਰੀਆ ਤੁਹਾਡਾ ਮਤਲਬ ਫਿਜ਼ੀਕਲ ਕ੍ਰਾਈਟਰੀਆ ਨਹੀਂ ਚਾਹੀਦੀਆਂ ਠੀਕ ਹੈ ਜੀ ਬਾਕੀ ਤੁਹਾਨੂੰ ਦੱਸਿਆ ਹੀ ਹੈ ਰਿਟਨ ਟੈਸਟ ਹੋਣਾ ਹੈ ਫਿਜ਼ੀਕਲ ਮੈਜ਼ਰਮੈਂਟ ਤੇ ਐਫੀਸ਼ੀਐਂਸੀ ਮਤਲਬ ਤੁਹਾਡੀ ਫਿਜ਼ੀਕਲੀ ਤੁਹਾਨੂੰ ਸਰ ਜਾਨਿਆ ਜਾਊਗਾ ਤੇ ਤੁਹਾਡਾ ਸਕਿੱਲ ਟੈਸਟ ਹੋਣਗੇ ਤੁਹਾਡਾ ਵੀ ਕੀ ਕੁਝ ਤੁਸੀਂ ਤੁਹਾਡੇ ਵਿੱਚ ਸਕਿੱਲਸ ਨੇ ਤੁਹਾਡਾ ਮਤਲਬ ਉਹ ਫਿਜ਼ੀਕਲ ਵਰਕਆਊਟ ਜਿਹੜਾ ਕਰਾਇਆ ਜਾਊਗਾ ਡੰਡ ਬੈਟਕਾਂ ਪੁਸ਼-ਅਪਸ ਵਗੈਰਾ ਹੋਗੇ ਉੱਠ ਬੈਠਕਾਂ ਠੀਕ ਹੈ ਇਹੋ ਜਿਹੀਆਂ ਚੀਜ਼ਾਂ ਚੈੱਕ ਹੋਣਗੀਆਂ ਡਾਕੂਮੈਂਟ ਵੈਰੀਫਿਕੇਸ਼ਨ ਹੋਊ ਮੈਰਿਟ ਲਿਸਟ ਬਣੂਗੀ ਬਾਕੀ ਜਿਹੜੀ ਵੈਬਸਾਈਟ ਹੈ ਉਹ ਤੁਹਾਡੀ ਇੱਥੇ ਵੀ ਦਿੱਤੀ ਹੋਈ ਹੈ ਪੋਰਟਲ ਉੱਤੇ ਇਸ ਤੇ ਕਲਿੱਕ ਕਰੋਗੇ ਸਿੱਧਾ ਤੁਸੀਂ ਵੈਬਸਾਈਟ ਦੇ ਲਿੰਕ ਤੇ ਪਹੁੰਚੋਗੇ ਜਿਹੜਾ ਕਿ ਮੈਂ ਪਹਿਲਾਂ ਖੋਲ ਕੇ ਟਿਆ ਇਹ ਸਾਰਾ ਕੁਝ ਇਸ ਇਸ ਤਰ੍ਹਾਂ ਕ੍ਰਾਈਟੇਰੀਆ ਵੇਖ ਕੇ ਮਿਲ ਸਕਦਾ ਸੋ ਦੋਸਤੋ ਇਹ ਸਾਰੀਆਂ ਸਰਵਿਸਿਜ਼ ਜਿਹੜੀਆਂ ਹੈਗੀਆਂ ਇਹ ਅੰਡਰ ਡਿਫੈਂਸ ਜਿਹੜਾ ਹੈਗਾ ਹੋਮ ਅਫੇਅਰਸ ਦੇ ਸਾਰਾ ਕੁਝ ਆ ਜਾਂਦਾ ਸੋ ਘਬਰਾਣ ਦੀ ਲੋੜ ਨਹੀਂ ਜਦੋਂ ਪੋ ਸੋ ਉਮੀਦ ਕਰਦਾ ਸਾਰੇ ਭੈਣ ਭਰਾਵਾਂ ਨੂੰ ਇਸ ਗੱਲ ਨੂੰ ਸਮਝ ਆ ਗਈ ਹੋਣੀ ਹੈ ਵੀ ਹੁਣ ਭਰਤੀਆਂ ਆਉਣ ਵਾਲੀਆਂ ਤੇ ਜੇਕਰ ਤੁਸੀਂ ਤਿਆਰੀ ਨਹੀਂ ਕਰ ਰਹੇ ਤਾਂ ਪਲੀਜ਼ ਇੰਨੀ ਕੀ ਤਿਆਰੀ ਤਾਂ ਜ਼ਰੂਰ ਕਰ ਲਵੋ ਤਾਂ ਕਿ ਤੁਸੀਂ 10ਵੀਂ 12ਵੀਂ ਬੇਸਡ ਜਿਹੜੀਆਂ ਭਰਤੀਆਂ ਆ ਰਹੀਆਂ ਉਹਨਾਂ ਦੇ ਵਿੱਚ ਤੁਸੀਂ ਮੱਲ ਮਾਰ ਸਕੋ ਨਹੀਂ ਤਾਂ ਐਵੇਂ ਲਟਕਦੇ ਰਹਿ ਜਾਓਗੇ ساری ਉਮਰ ਤੇ ਕੁਝ ਹੱਥ ਪੱਲੇ ਵੀ ਨਹੀਂ ਲੱਗਣਾ ਸੋ ਠੀਕ ਹੈ ਜੀ ਉਮੀਦ ਕਰਦਾ ਤੁਸੀਂ ਸਾਰੀਆਂ ਇਨਫੋਰਮੇਸ਼ਨ ਨੂੰ ਸਮਝ ਲਿਆਊਗਾ ਤੇ ਆਪਣੀ ਜਿਹੜਾ ਵੀ ਤੁਸੀਂ ਪੇਪਰ ਦੀ ਤਿਆਰੀ ਕਰ ਰਹੇ ਹੋ ਖੂਬ ਤਿਆਰੀ ਕਰੋ ਵੀ ਇੱਕ ਨਾ ਇੱਕ ਦਿਨ ਤਾਂ ਤੁਸੀਂ ਉਸ ਦੇ ਉੱਤੇ ਮੱਲ ਮਾਰ ਹੀ ਜਾਓਗੇ ਸੋ ਮਿਲਦੇ ਆਂ ਅਗਲੀ ਵੀਡੀਓ ਧੰਨਵਾਦ ਤੇ ਮੇਰੇ ਵੱਲੋਂ